ਸਰਕਾਰੀ ਹਸਪਤਾਲ ਸੰਘੋਵਾਲ ਦੀਨਾਨਗਰ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਲੋਕਾਂ ਵੱਲੋਂ ਦਾਖਲ ਮਰੀਜ਼ਾਂ ਦੀ ਕੁੱਟਮਾਰ ਕੀਤੀ ਗਈ ਅਤੇ ਐਮਰਜੈਂਸੀ ਕਮਰੇ 'ਚ ਸਮਾਨ ਦੀ ਭੰਨਤੋੜ ਕੀਤੀ ਗਈ, ਜਿਸ ਕਾਰਨ ਡਿਊਟੀ ਦੇ ਤੈਨਾਤ ਡਾਕਟਰ ਵੱਲੋਂ ਇੱਕ ਕਮਰੇ ਨੂੰ ਅੰਦਰੋਂ ਬੰਦ ਕਰਕੇ ਆਪਣੀ ਜਾਨ ਬਚਾਈ ਗਈ ਅਤੇ ਦਾਖਲ ਮਰੀਜ਼ਾਂ ਨੇ ਭੱਜ ਕੇ ਜਾਨ ਬਚਾਈ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ ਗਈ। ਮਰੀਜ਼ਾਂ ਦੀ ਗੰਭੀਰ ਹਾਲਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਊਟੀ ਦੇ ਤੈਨਾਤ ਡਾਕਟਰ ਜੋਤਪਾਲ ਅਤੇ ਸਟਾਫ ਨਰਸ ਵਰਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਇੱਕ ਮਾਰ ਕਟਾਈ ਦੇ ਮਾਮਲੇ 'ਚ ਮਰੀਜ਼ਾਂ ਦੀ ਰਿਪੋਰਟ ਬਣਾ ਰਹੇ ਸੀ ਅਤੇ ਜ਼ਖਮੀਆਂ ਦਾ ਐਮਰਜੈਂਸੀ ਵਿੱਚ ਇਲਾਜ ਕਰ ਰਹੇ ਸਨ, ਤਾਂ ਰਾਤ ਕਰੀਬ 12 ਵਜੇ ਤੋਂ ਬਾਅਦ ਕੁਝ ਅਣਪਛਾਤੇ ਲੋਕਾਂ ਵੱਲੋਂ ਐਮਰਜੈਂਸੀ ਵਿੱਚ ਦਾਖਲ ਮਰੀਜ਼ਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਹਨਾਂ ਵੱਲੋਂ ਐਮਰਜੈਂਸੀ ਕਮਰੇ 'ਚ ਵੀ ਭੰਨਤੋੜ ਕੀਤੀ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ SHO ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਟੰਮਾ 'ਚ ਦੋ ਧਿਰਾਂ ਦੀ ਲੜਾਈ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ 'ਚ ਦੋਨਾਂ ਪਾਰਟੀਆਂ ਨੂੰ ਸੱਟਾਂ ਲੱਗੀਆਂ ਸਨ, ਜਿਸ ਵਿੱਚ ਇੱਕ ਧਿਰ ਦਾ ਮੈਡੀਕਲ ਹੋਣ ਉਪਰੰਤ ਗੁਰਦਾਸਪੁਰ ਰੈਫਰ ਕੀਤਾ ਗਿਆ ਸੀ, ਫਿਰ ਦੂਜੀ ਧਿਰ ਮੈਡੀਕਲ ਕਰਵਾਉਣ ਆਈ ਹੋਈ ਸੀ, ਤਾਂ ਉਹਨਾਂ ਦੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਹਨਾਂ ਵੱਲੋਂ ਹਸਪਤਾਲ ਵਿੱਚ ਭੰਨਤੋੜ ਵੀ ਕੀਤੀ ਗਈ। ਪੁਲਿਸ ਨੂੰ ਜਾਣਕਾਰੀ ਮਿਲਣ ਉਪਰੰਤ ਮੌਕੇ ਤੇ ਪਹੁੰਚੇ ਤਾਂ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਿਸ ਵੱਲੋਂ ਜ਼ਖਮੀ ਪਾਰਟੀ ਅਤੇ ਹਸਪਤਾਲ ਤੈਨਾਤ ਡਾਕਟਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਤੇ ਕੱਲ ਰਾਤ ਨੂੰ ਪਰਚੇ ਵਗੈਰਾ ਆਏ ਸੀਗੇ 10-11 ਵਜੇ ਦੇ ਅਰਾਊਂਡ, ਤੇ ਉਸ ਤੋਂ ਬਾਅਦ ਚੋਂ 12 ਵਜੇ ਦੇ ਅਰਾਊਂਡ ਕੁਝ ਅਨਆਈਡੈਂਟੀਫਾਈਡ ਮੈਨ ਆ ਕੇ ਅੰਦਰ ਆ ਕੇ ਬਹੁਤ ਤੋੜਬੰਦ ਕੀਤੀ। ਜਿਹੜੇ ਮਰੀਜ਼ ਐਮਰਜੈਂਸੀ ਵਿੱਚ ਦਾਖਲ ਸੀਗੇ ਉਹਨਾਂ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ, ਪੂਰਾ ਲਹੂ ਲੁਹਾਣ ਕੀਤਾ ਪਿਆ ਸੀਗਾ ਉਹਨਾਂ ਨੂੰ, ਜਿਹਦੇ ਕਰਕੇ ਮੈਨੂੰ ਨਾਲ ਦੀ ਨਾਲ ਉਹਨਾਂ ਨੂੰ ਰੈਫਰ ਕਰਨਾ ਪੈ ਗਿਆ। ਪਰ ਕੌਣ ਬੰਦੇ ਸੀ, ਕੀ ਸੀਗਾ, ਕਿਸੇ ਨੂੰ ਕੁਛ ਨਹੀਂ ਪਤਾ। ਜਿਹੜੇ ਹੁਣ ਇੱਥੇ ਕੱਲ੍ਹ ਜਿਹੜੇ ਨਾਲ ਦੇ ਬੰਦੇ ਸੀਗੇ ਜਿਹਨਾਂ ਨੂੰ ਮਾਰ ਪਈ ਆ ਜਾਂ ਜਿਹਨਾਂ ਨੇ ਦੇਖਿਆ, ਉਹ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਦੱਸ ਸਕਦੇ ਆ, ਕਿਉਂਕਿ ਤੁਸੀਂ ਆਪਣੀ ਜਾਨ ਬਚਾਉਣ ਵਾਸਤੇ ਕੁੰਡੀ ਮਾਰ ਕੇ ਉੱਥੇ ਨਾਲ ਦੇ ਐਮਰਜੈਂਸੀ ਰੂਮ 'ਚ ਅਸੀਂ ਬਾਹਰ ਨਹੀਂ ਨਿਕਲੇ, ਜਿੰਦਰ ਕੱਥੋਂ ਵੱਜ ਜਾਣੀ ਬੰਦ ਨਹੀਂ ਹੋਈ। ਸਾਡਾ ਇਨਵਰਟਰ, ਸਾਡਾ ਗੈਸ ਸਿਲੰਡਰ, ਅੰਦਰ ਜਿਹੜੇ ਬੈਂਚ ਵਗੈਰਾ ਤੇ ਪੇਸ਼ੈਂਟ ਵਗੈਰਾ ਆਪਾਂ ਲਟਾਉਂਦੇ ਹਾਂ, ਸਾਰੇ ਤੋੜੇ ਹੋਏ ਹਨ। ਜਾਨ ਕੀ ਬਚਾਉਣੀ ਸੀ, ਐਮਰਜੈਂਸੀ ਦੇ ਵਿੱਚ ਲੰਮੇ ਪਏ ਹੋਏ ਸੀਗੇ, ਉਹਨਾਂ ਨੂੰ ਤਾਂ ਪੂਰਾ ਕੁੱਟ ਕੇ ਗਏ ਨੇ, ਪੂਰਾ ਜ਼ਖਮੀ ਕਰਕੇ ਗਏ ਉਹਨਾਂ ਨੂੰ। ਤੁਸੀਂ ਐਮਰਜੈਂਸੀ 'ਚ ਆ ਕੇ ਵੀਡੀਓ ਬਣਾ ਸਕਦੇ ਹੋ, ਪੂਰਾ ਲਹੂ ਲੁਹਾਣ ਹੋਏ ਪਈਆਂ ਟਾਈਲਾਂ ਸਾਈਡ ਵਾਲੀਆਂ, ਅਤੇ ਉਸ ਤੋਂ ਬਾਅਦ 'ਚੋਂ ਜਦੋਂ ਸਾਰੇ ਚੱਲ ਗਏ ਇੱਥੋਂ ਦੀ, ਉਹਨਾਂ ਨੂੰ ਫਸਟ ਏਡ ਦੇ ਕੇ ਅਤੇ ਰੈਫਰ ਕਰਨਾ ਪਿਆ ਮੈਨੂੰ। ਇੰਨਾ ਉਹਨਾਂ ਦਾ ਬੁਰਾ ਹਾਲ ਸੀਗਾ। ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਵੀ ਆਈ, ਮੌਕੇ ਦਾ ਉਹਨਾਂ ਪੂਰਾ ਜਾਇਜ਼ਾ ਲਿਆ, ਸਾਰਾ ਆ ਕੇ ਦੇਖਿਆ ਉਹਨਾਂ ਨੇ ਕੀ ਕੁਛ ਹੋਇਆ ਅੰਦਰ, ਅਤੇ ਬਾਕੀ ਉਹ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਹੈ। ਬਾਕੀ ਜਿਹੜੀ ਸਾਡੀ ਕਾਰਵਾਈ ਆਪਾਂ ਸ਼ੁਰੂ ਕਰਦੇ ਹਾਂ, ਘੱਟੋ ਘੱਟ ਸੁਨਸਾਨ ਜਗ੍ਹਾ 'ਤੇ ਹੋਸਪਿਟਲ ਹੈ, ਕਿਸੇ ਦਾ ਆਉਣਾ ਜਾਣਾ ਨਹੀਂ ਰਾਤ ਨੂੰ, ਐਟਲੀਸਟ ਕੋਈ ਸਿਕਿਉਰਿਟੀ ਗਾਰਡ, ਕੋਈ ਪੁਲਿਸ ਚੌਕੀ, ਕੋਈ 2-3 ਪੁਲਿਸ ਵਾਲੇ ਤਾਂ ਹੋਣ, ਕਿਉਂਕਿ ਰਾਤ ਨੂੰ ਤਾਂ ਪਰਚੇ ਵਗੈਰਾ ਦੀਨਾਨਗਰ ਦਾ ਏਰੀਆ ਬਹੁਤ ਵੱਡਾ ਸਿੰਘੋਵਾਲ ਦਾ, ਇੱਧਰੋਂ ਗੁਰਦਾਸਪੁਰ ਫਾਟਕ ਤੱਕ ਸਾਰੇ ਪਿੰਡ ਨੂੰ ਲੱਗਦੇ ਨੇ, ਠੀਕ ਹੈ। ਅਤੇ ਐਵਰੇਜ ਹੈ ਕਿ ਰੋਜ਼ ਰਾਤ ਨੂੰ ਦੋ ਤਿੰਨ ਪਰਚੇ ਹੁੰਦੇ ਨੇ। ਇਹ ਘਟਨਾਵਾਂ ਪਹਿਲੇ ਵੀ ਵਾਪਰੀਆਂ ਹੋਈਆਂ ਹਨ, ਪਰ ਕੱਲ੍ਹ ਤਾਂ ਹੱਦ ਤੋਂ ਵੱਧ ਹੋ ਗਈ। ਰਾਤੀ 11 ਬੱਚੀ, ਪਹਿਲਾਂ 10 ਵਜੇ ਪੇਸ਼ੈਂਟ ਆਇਆ ਪਿਆਰਾ ਸਿੰਘ, ਉਹਦਾ ਟ੍ਰੀਟਮੈਂਟ ਕਰਵਾ ਕੇ ਉਹਨੂੰ ਰੈਫਰ ਕਰ ਦਿੱਤਾ। ਫਿਰ 11:25 ਦੇ ਦੋ ਪੇਸ਼ੈਂਟ ਆਏ, ਜਸਵੰਤ ਤੇ ਜਗਤਾਰ ਸਿੰਘ, ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਸੀ ਤੇ ਪਰਚਾ ਕੱਢ ਰਹੇ ਸੀ ਡਾਕਟਰ ਸਾਹਿਬ, ਤੇ ਪਰਚਾ ਇੱਕ ਦਾ ਕੱਟਿਆ ਗਿਆ ਸੀ, ਇੱਕ ਨੂੰ ਪਰਚਾ ਕੱਟ ਕੇ ਉਹਦੀ ਰੈਫਰ ਸਲਿਪ ਬਣਾ ਦਿੱਤੀ ਸੀ, ਦੂਜੇ ਦਾ ਸਰ ਕੱਟ ਰਹੇ ਸੀ। ਇਹਦੇ ਇਨ ਬਿਟਵੀਨ ਹੀ ਅਸੀਂ ਡਿਊਟੀ ਰੂਮ 'ਚ ਬੈਠੇ ਸੀ ਤੇ ਉੱਥੇ ਬਾਹਰੋਂ ਰੋਲਾ ਪੈਣਾ ਸ਼ੁਰੂ ਕਰ ਦਿੱਤਾ। ਮੁੰਡਿਆਂ ਨੇ ਕਾਫੀ ਜ਼ਿਆਦਾ ਮੁੰਡੇ ਸੀ, ਮੇਰਾ ਸਾਨੂੰ ਪਤਾ ਨਹੀਂ ਉਹ ਕੌਣ ਹੀ, ਅਸੀਂ ਨਹੀਂ ਪਹਿਚਾਣ ਰਹੇ ਹੈਗੇ ਉਹਨੂੰ, ਤੇ ਉਹਨਾਂ ਰੋਲਾ ਪਾਉਣਾ ਸ਼ੁਰੂ ਕਰਤਾ। ਸਰ ਨੂੰ ਪਤਾ ਲੱਗਿਆ ਵੀ ਇਹ ਜ਼ਿਆਦਾ ਹੀ ਪ੍ਰੋਬਲਮ ਹੈਗੀ, ਸਰ ਨੇ ਉਸੇ ਟਾਈਮ ਕੁੰਡੀ ਲਾਤੀ, ਸਾਨੂੰ ਅੰਦਰ ਹੀ ਰੱਖਿਆ ਰਿਹਾ ਸੀ, ਆਪਣੇ ਆਪ ਨੂੰ ਸੇਫ ਕੀਤਾ। ਐਮਰਜੈਂਸੀ ਦਾ ਜਿਹੜਾ ਮੇਨ ਦਰਵਾਜ਼ਾ ਸਾਡਾ ਡਿਊਟੀ ਰੂਮ, ਅਸੀਂ ਬਾਹਰ ਆਏ ਨਹੀਂ। ਫਿਰ ਜਿਹੜੇ ਮੁੰਡੇ ਆਏ ਸੀ ਉਹਨਾਂ ਨੇ ਬਾਹਰ ਦਾ ਦਰਵਾਜ਼ਾ ਕਾਫੀ ਤੋੜਿਆ, ਭੰਨਿਆ, ਸ਼ੀਸ਼ਾ ਟੁੱਟਣ ਦੀ ਆਵਾਜ਼ ਵੀ ਆਈ, ਕੁੰਡੀਆਂ ਖੋਲ ਕੇ ਜਿਹੜੇ ਅੰਦਰ ਸੀ ਉਹਨਾਂ ਨੂੰ ਕਾਫੀ ਮਾਰਿਆ। ਜੇ ਅਸੀਂ ਸਾਹਮਣੇ ਹੁੰਦੇ ਤਾਂ ਨੈਚੁਰਲੀ ਸਾਨੂੰ ਨੁਕਸਾਨ ਪਹੁੰਚਾਉਣਾ ਹੀ, ਕਿਉਂਕਿ ਉਹ ਤੇਜ਼ ਹਥਿਆਰ ਨਾਲ ਆਏ ਸੀ, ਉਹਨਾਂ ਨੇ ਇਹ ਨਹੀਂ ਵੇਖਣਾ ਕਿ ਅੱਗੇ ਕੌਣ ਹੈ ਕੌਣ ਨਹੀਂ ਹੈ, ਉਹ ਤਾਂ ਆਉਂਦੇ ਵੱਢੀ ਜਾਣ ਰਹੇ ਸੀ। ਜਿੱਦਾਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਇੱਥੇ ਹਸਪੀਟਲ ਦੇ ਵਿੱਚ ਸੇਫਟੀ ਕੀਤੀ ਜਾਵੇ। ਸ਼ਾਮ ਸਮੇਂ ਪਿੰਡ ਮਟਮਾ ਦੇ ਵਿੱਚ ਦੋ ਪਾਰਟੀਆਂ ਦਾ ਆਪਸੀ ਤਕਰਾਰ ਨੂੰ ਲੈ ਕੇ ਝਗੜਾ ਹੋਇਆ ਸੀ, ਇਹਦੇ ਵਿੱਚ ਦੋਨਾਂ ਨੂੰ ਸੱਟਾਂ ਲੱਗੀਆਂ ਸੀ। ਇਹਨਾਂ ਦੇ ਸਿਰ ਸਤਾ ਸਿੰਘੋਵਾਲ ਦਾ ਆਪਣੇ ਮੈਡੀਕਲ ਕਰਵਾਇਆ ਸੀ। ਕੁਲਦੀਪ ਸਿੰਘ ਸਰਪੰਚ ਦੇ ਪਿਤਾ ਪਿਆਰਾ ਸਿੰਘ ਦਾ ਮੈਡੀਕਲ ਸਾਡੇ ਕੋਲ ਪਹੁੰਚ ਗਿਆ ਸੀ, ਡਾਕਟਰ ਨੇ ਗੁਰਦਾਸਪੁਰ ਰੈਫਰ ਕਰਤਾ ਸੀ। ਬਾਅਦ ਵਿੱਚ ਦੂਜੀ ਪਾਰਟੀ ਹੋਸਪਿਟਲ ਮੈਡੀਕਲ ਕਰਵਾਉਣ ਵਾਸਤੇ ਆਈ ਤਾਂ ਉੱਥੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ, ਜਿਹਦੇ ਵਿੱਚ ਮੈਡੀਕਲ ਕਰਵਾਉਣ ਵਾਲੇ ਬੰਦਿਆਂ ਨੂੰ ਇਹਦੀਆਂ ਸੱਟਾਂ ਤੋਂ ਇਲਾਵਾ ਹੋਰ ਵੀ ਸੱਟਾਂ ਲੱਗੀਆਂ ਅਤੇ ਸਰਤਾਲ ਦੇ ਸਮਾਨ ਦੀ ਭੰਨਤੋੜ ਹੋਈ ਹੈ। ਰਾਤ ਸਮੇਂ ਇਨਫੋਰਮੇਸ਼ਨ ਤੁਸੀਂ 12 ਵਜੇ ਆਈ ਸੀ, ਪੁਲਿਸ ਪਾਰਟੀ ਹੋਸਪਿਟਲ ਪਹੁੰਚੀ ਸੀਗੀ ਅਤੇ ਦੋਸ਼ੀ ਤਾਂ ਉੱਥੋਂ ਭੱਜ ਚੁੱਕੇ ਸੀ। ਹਾਲਾਤ ਦਾ ਸਾਰਾ ਜਾਇਜ਼ਾ ਲਿਆ, ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਆ, ਉਹਨਾਂ ਦੇ ਬਿਆਨਾਂ ਮੁਤਾਬਕ ਜਿਹੜਾ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਜਾਵੇ। ਦੀਨਾਨਗਰ ਤੋਂ ਪੰਜਾਬੀ ਸਰਗਰਮੀਆਂ ਲਈ ਦੀਪਕ ਕੁਮਾਰ ਦੀ ਰਿਪੋਰਟ।